ਦੋ ਜੀਆਂ ਦਾ ਆਪ 'ਚ ਸੰਯੋਗ ਭਿੜ ਗਏ, ਵਿਆਹ ਹੋਇਆ। ਮੰਨ ਕੇ ਚੱਲ 20-22 ਸਾਲ ਦੀ ਉਮਰ 'ਤੇ ਹੋ ਗਏ। ਉਹ ਜਦੋਂ ਦੋਨਾਂ ਦਾ ਵਿਆਹ ਹੋ ਗਿਆ 20-22 ਸਾਲ ਦੇ ਵਿੱਚ, ਚੱਲ ਮੰਨ ਕੇ ਚੱਲ 1-2 ਸਾਲਾਂ ਬਾਅਦ ਜਦੋਂ 25-26 ਸਾਲਾਂ ਦੇ ਗੇੜ 'ਚ ਹੋ ਗਏ, ਬੱਚਾ ਹੋ ਗਿਆ, ਦੂਜਾ ਹੋ ਗਿਆ, ਤੀਜਾ ਹੋ ਗਿਆ। ਮੰਨ ਕੇ ਚੱਲ 30-32 ਸਾਲਾਂ ਦੇ ਵਿੱਚ 3 ਬੱਚੇ ਹੋ ਗਏ, 1 ਕੁੜੀ, 2 ਮੁੰਡੇ। ਉਹ ਜਨਾਨੀ ਕਹਿੰਦੀ ਘਰ 'ਤੇ ਵਿਚਾਰੇ ਦਾ ਗਰੀਬ, ਕਿੱਲੇ ਤਾਂ ਸਾਰੇ 2 ਕੋਲੇ। ਅਤੇ ਜਨਾਨੀ ਕਹਿੰਦੀ ਨਾ ਇਹ ਤਾਂ ਮੁੰਡੇ ਦਾ ਵਿਆਹ ਵਧੀਆ ਮੁੰਡਿਆਂ ਦਾ ਕਰਨਾ ਦੋਨਾਂ ਦਾ, ਨਾ ਇਹ ਕਰਨਾ ਕੁੜੀ ਦਾ ਵਿਆਹ ਵਧੀਆ। ਉਹ ਕਹਿੰਦਾ ਫਿਰ ਜਿਹੜੇ 2 ਕਿੱਲੇ ਨੇ ਇਹ ਵਿਕ ਜਾਣਗੇ, ਇਹ ਨਹੀਂ ਰਹਿਣੇ, ਆਪਾਂ ਡੰਗ ਲਾ ਲੈ। ਨਾ ਕਹਿੰਦੀ ਡੰਗ ਨਹੀਂ ਲਾਉਣਾ। ਉਹ ਕਹਿੰਦਾ ਡੰਗ ਨਹੀਂ ਲਾਉਣਾ, ਫਿਰ ਕਿੱਲੇ ਤਾਂ 2 ਵਿਕਣਗੇ। ਉਹ ਕਹਿੰਦੀ ਜਮੇ ਨੇ ਵਿਕਣ ਦਿੰਦੀ ਕਿੱਲੇ, ਅਤੇ ਮੇਰੇ ਮਗਰ ਲੱਗ। ਉਹ ਕਹਿੰਦਾ ਮੇਰੀ ਗੱਲ ਸੁਣ, ਜਦੋਂ ਆਪਣੇ ਆਨੰਦ ਕਾਰਜ ਹੋਏ ਤਾਂ ਮੇਰਾ ਪੱਲਾ ਤੈਨੂੰ ਫੜਾਇਆ ਸੀ, ਤੂੰ ਮੇਰੇ ਮਗਰ ਲਾ ਤੀ, ਤੇਰੇ ਮਾਂ ਪਿਓ ਨੇ ਮੇਰੇ ਮਗਰ ਲਾ ਤੀ। ਅੱਗੇ ਆਉਂਦੇ ਹੁੰਦੇ ਜਾਂ ਤਾਂ ਘੋੜੀਆਂ 'ਤੇ ਜਾਂ ਬੋਤਿਆਂ 'ਤੇ, ਕੱਚੇ ਰਾਹ ਹੁੰਦੇ ਉਦੋਂ ਕਿਹੜੇ 'ਤੇ ਮੋਟਰਸਾਈਕਲ ਗੱਡੀਆਂ। ਕਹਿੰਦਾ ਜਦੋਂ ਘੋੜੀ 'ਤੇ ਬਹਿ ਕੇ ਆਏ ਤਾਂ ਫਿਰ ਵੀ ਮਗਰ ਬੈਠੀ ਸੀ, ਜਦੋਂ ਬੋਤੇ ਬਹਿ ਕੇ ਆਏ ਤਾਂ ਕਹਿੰਦਾ ਪਾਖੜੇ 'ਤੇ ਉਦੋਂ ਵੀ ਕਹਿੰਦਾ ਤੂੰ ਮਗਰਤੀ, ਨਾਲੇ ਬੱਚੇ ਹੁੰਦੇ ਆਪਣੇ ਨਾਲ, ਉਦੋਂ ਬੱਚਿਆਂ ਨੂੰ ਵਿਚਾਲੇ ਬਾਹਰ ਲੈਂਦੇ, ਉਦੋਂ ਵੀ ਮਗਰਤੀ। ਵੀ ਹੁਣ ਤੂੰ ਕਹਿੰਦੀ ਆ ਵੀ ਮੈਂ ਮੂਹਰੇ ਹੋਊਂ। ਕਹਿੰਦੀ ਠੀਕ ਹੈ, ਪਹਿਲਾਂ ਤੂੰ ਮੂਹਰੇ ਰਹਿ, ਪਹਿਲਾਂ ਮੂਹਰੇ ਰਹਿ, ਪਹਿਲੀ ਉਮਰ ਦਾ ਹੈ ਤੇਰੇ ਨਾਲ ਮੂਹਰਾ, ਜਦੋਂ ਪਿਛਲੀ ਉਮਰ ਆ ਗਈ ਬਾਰੀ, ਹੁਣ ਮੇਰੀ ਆ ਗਈ ਨਾ ਪਿਛਲੀ ਉਮਰ ਦੇ ਵਿੱਚ, ਨਾ ਹੁਣ ਮੈਂ ਕਹਿੰਦੀ ਆਗੂ ਹੋਊਂ। ਅਤੇ ਉਹ ਕਹਿੰਦਾ ਤੇਰੀ ਮਰਜ਼ੀ ਹੈ, ਫਿਰ ਤੂੰ ਆਗੂ ਹੋ ਜਾ, ਫਿਰ ਮੈਨੂੰ ਕੀ ਲੋੜ ਆ, ਮੈਂ ਤਾਂ 2 ਰੋਟੀਆਂ ਖਾਣੀਆਂ ਨੇ, 2 ਰੋਟੀਆਂ ਖਾ ਲਿਆ ਕਰੂੰ, ਤੂੰ ਵਿਆਹ ਲਿਆ ਬੱਚਿਆਂ ਨੂੰ, ਬੱਚੇ ਤਾਂ ਵਿਆਹਣੇ ਹੀ ਨੇ। ਉਹ ਕਹਿੰਦੀ ਐਂ ਕਰ 2 ਕਿੱਲਿਆਂ 'ਤੇ ਨਾ ਫਿਰ ਵੀ ਆਪਾਂ ਚਾਹੋ ਤਾਂ ਲੂਣ ਕਢਾ ਲੈ, ਚਾਹੋ ਲਿਫਟ ਕਰਾ ਲੈ, ਵੀ ਲੈ ਲੈ ਔਖਾ ਸੌਖਾ ਕਿਵੇਂ ਕਰ, ਵੀ 2-3 ਲੱਖ ਰੁਪਈਆ ਲੈ ਲੈ। ਉਹ ਕਹਿੰਦਾ ਫਿਰ ਕਹਿੰਦੀ ਫਿਰ ਆਪਾਂ ਨਾ ਆ ਚਾਦਰਾਂ ਜਿਹੀਆਂ ਦਾ ਥੋੜ੍ਹੇ ਜਿਹੇ ਸੈੱਡ ਜੇ ਪਾ ਲਾਂਗੇ ਖੇਤ ਦੇ ਵਿੱਚ, 1 ਕਿੱਲੇ 'ਚ 1 ਨੂੰ ਪਾ ਦਿਆਂਗੇ, 1 ਕਿੱਲੇ 'ਚ 1 ਨੂੰ ਪਾ ਦਿਆਂਗੇ, ਮੁੰਡਿਆਂ ਦੇ ਦੋਹਾਂ ਦੇ ਸੈੱਡ ਪਾ ਦਿਆਂਗੇ। ਅੱਛਾ ਫਿਰ ਕਹਿੰਦੀ 2-4 ਤਾਂ ਜਿਹੜੀਆਂ ਸੁੰਨੀਆਂ ਫਿਰਦੀਆਂ ਨੇ ਗਾਈਆਂ ਇਹੀ ਬੰਨ ਲਾਂਗੇ, 2-4 ਲੈ ਲਾਂਗੇ। ਕਹਿੰਦੀ ਦੁੱਧ ਵਾਲੀਆਂ 15-20 ਹਜ਼ਾਰ ਦੀ ਗਾਂ ਆ ਜਾਂਦੀ ਹੈ, ਵੀ 1,00,000 ਰੁਪਈਏ ਦੀ ਆਪਾਂ ਦੁੱਧ ਵਾਲੀਆਂ ਲੈ ਲਾਂਗੇ, 2-4 ਬੰਨ ਲਾਂਗੇ ਊਂ। ਕਹਿੰਦਾ ਅੱਛਾ ਫਿਰ ਕਹਿੰਦੀ ਫਿਰ ਆਪਾਂ ਫਾਰਮ ਵਾਲੇ ਵੱਜਣ ਲੱਗ ਜਾਂਗੇ, ਵੀ ਫਾਰਮ ਵਾਲੇ ਨੇਗੇ, ਫਾਰਮ ਵਾਲੇ ਨੇ ਵੀ ਇੱਕ ਮੁੰਡੇ ਨੂੰ ਆਹ ਪਤਾ, ਇੱਕ ਨੂੰ ਉਹ ਪਤਾ, ਫਿਰ ਆਪਾਂ ਜਿਹੜਾ ਕੋਈ ਰਿਸ਼ਤੇਦਾਰੀ ਕਰਾਉਂਦਾ ਉੱਧਰ ਉੱਧਰ ਹੀ ਵਿਚੋਲਗੀ, ਉਹਨੂੰ ਆਪਾਂ ਬੰਨ ਲਾਂਗੇ, ਚੰਗੀ ਛਾਂਪ ਛੂੰਪ ਦਾ ਹੁਕਮ ਕਰ ਦਾਂਗੇ, ਵੀ ਤੈਨੂੰ ਵਧੀਆ ਛਾਂਪ ਪਾਵਾਂਗੇ, ਡਲੇ ਵਰਗੀ ਮੁੰਡਿਆਂ ਨੂੰ ਰਿਸ਼ਤਾ ਲਿਆ। ਅਤੇ ਫਿਰ ਜਦੋਂ ਰਿਸ਼ਤਾ ਲਿਆਊ ਆਪਾਂ ਨੂੰ ਪੁੱਛਣਗੇ ਵੀ ਵਾਹਣ ਭਾਈ, ਵਾਹਣ ਵਧੀਆ ਭਾਈ, ਕੀ ਕਾਰੋਬਾਰ ਕਰਦੇ ਹੋ, ਵੀ ਕਾਰੋਬਾਰ ਤਾਂ ਦੇਖ ਲੈ ਫਾਰਮ ਨੇ ਸਾਡੇ ਮੁੰਡਿਆਂ ਨੂੰ ਪਾਏ ਹੋਏ,
ਬਾਹਰ ਦੇ ਕਾ ਇੱਕ ਕਿੱਲੇ ਹੋਣਗੇ, ਕਿੱਲੇ ਦਾ ਕਹਿੰਦੀ ਹੋਣਗੇ 30-30 ਦਾ ਗੇੜ। ਛੱਡਤਾ ਪੂਰਾ ਗੱਪ। ਫਿਰ ਅਗਲਾ ਕਹਿੰਦਾ ਵੀ 30-30 ਕਿੱਲੇ, ਚਲੋ ਦੇਖ ਕੇ ਉਹਨੇ ਖੇਤ ਵਿਚੋਲੇ ਨੇ ਵੀ ਪੂਰਾ ਬੰਨ ਲਿਆ ਧੀ ਵਾਲੇ, ਵੀ ਚਲੋ ਤੁਹਾਨੂੰ ਦਿਖਾਉਣੇ ਆ। ਜਦੋਂ ਫਾਰਮ ਫੂਰਮ ਦਿਖਾ ਤੇ ਵਾਹਣ ਕਿਹੜਾ ਆ, ਚਾਰ ਛਪੇਰੇ, ਕਹਿੰਦਾ ਆਪਣਾ ਹੀ ਹੈ। ਹੁਣ ਕਿੱਲੇ ਦੇ ਇੱਕ ਖੂੰਜੇ 'ਤੇ ਫਾਰਮ ਪਾਇਆ ਹੋਇਆ, ਦੂਆ ਵਾਹਣ ਲਵੇ ਹੈਗੇ ਤੀ, ਉਹ ਕੱਖ ਕੰਡਾ ਜਿਹਾ ਬੀਜਿਆ ਹੋਇਆ, ਕਹਿੰਦੇ ਆਪਣਾ ਹੀ ਆਇਆ, ਹੱਥ ਕਰਤਾ। ਚੱਲ ਭਾਈ, ਅਗਲਾ ਕਹਿੰਦਾ ਵੀ ਠੀਕ ਹੈ, ਚਲੋ ਹੋਊ ਇਹਨਾਂ ਦਾ, ਵੀ ਬੰਦੇ ਗਜੈਸ ਵਾਲੇ ਦਿੰਦੇ ਨੇ ਦੁੱਧ। ਜਦੋਂ ਪੰਜ ਪੰਜ ਛੇ ਛੇ ਗਾਈਆਂ ਦੁੱਧ ਵਾਲੀਆਂ ਤੀਆਂ, ਪੰਜ ਚਾਰ ਸੁੰਨੀਆਂ ਜੀ ਤਾਂ 10-10 ਹੋ ਗਏ, ਕੁਛ ਬੱਛਰੂ ਜੇ ਹੋ ਗਏ, ਜਣੇ 15-15 20-20 ਨਗ ਜੇ ਫਾਰਮਾਂ 'ਚ ਹੋ ਗਏ। ਜੋ 20-20 ਨਗ ਜੇ ਹੋਏ, ਹੁਣ ਉਨੇ ਹੀ ਕਿੱਲੇ ਅੰਦਰ, ਉਨੇ ਹੀ ਕਿੱਲੇ ਬਾਹਰ ਵਿਹੜੇ 'ਚ, ਜਦੋਂ ਬਾਹਰ ਵੀ ਬੰਨਦੇ ਨੇ ਖੋਲ੍ਹ ਖੋਲ੍ਹ ਕੇ ਕਿੱਲੇ, ਵੀ ਮੰਨ ਕੇ ਚੱਲ 30-30, 35-35 ਕਿੱਲੇ ਤਿਆਰ ਕਰ ਲਏ। ਰਿਸ਼ਤੇਦਾਰਾਂ ਨੇ ਉਹ ਜਿਹੜੇ ਦੇਖਣ ਆਏ ਤੇ ਉਹਨਾਂ ਨੇ ਭਾਈ ਦੇਖ ਕੇ ਵੀ ਕਾਰੋਬਾਰ ਠੀਕ ਹੈ ਅਤੇ ਨਾ ਖੇਤੀ, ਖੇਤੀ ਤਾਂ ਕਹਿੰਦੇ ਅਸੀਂ ਠੇਕੇ 'ਤੇ ਦੇ ਦਿੰਦੇ ਹਾਂ, ਨਾ ਖੇਤੀ ਨਹੀਂ ਸੱਤ ਹੁੰਦੀ, ਸੱਤ ਫਾਰਮ ਹੀ ਮਸਾ ਸੂਤ ਆਉਂਦੇ ਨੇ, ਇੱਕ ਇੱਕ ਦੋ ਦੋ ਬਈਏ ਰੱਖੇ ਹੋਏ ਨੇਗੇ, ਆਹ ਤੁਹਾਡੇ ਸਾਹਮਣੇ ਹੈ। ਉਹ ਜਦੋਂ ਭਾਈ ਵੱਜ ਗਏ ਰਿਸ਼ਤਾ ਕਰਕੇ, ਅਗਲਾ ਕਹਿੰਦਾ ਚੱਲ ਦੋਹੇ ਮੁੰਡਿਆਂ ਨੂੰ ਰਿਸ਼ਤਾ ਕਰ ਜਾਂਦੇ ਹੁਣ, ਵੀ ਲੈਣ ਦੇਣ ਲੈਣ ਦੇਣ। ਕਹਿੰਦਾ ਤੁਹਾਨੂੰ ਪਤਾ ਹੀ ਹੈ ਕਿੱਲਿਆਂ ਮੂਜਬ 100 ਰੁਪਇਆ ਕਿੱਲੇ ਤਾਂ ਚੱਲਦਾ ਹੀ ਚੱਲਦਾ। ਚੱਲ ਅਗਲੇ ਨੇ ਖਿੱਚ ਖਿੱਚਿਆ ਕੇ ਜਣੇ 20-20, 25-25 ਗੱਲ 'ਤੇ, ਲੱਖ 'ਤੇ ਗੱਲ ਨਿਮੇੜਤੀ, ਰੇਤੇ ਹੋ ਗਏ, ਰੇਤੇ ਹੋ ਗਏ। ਚੱਲ ਉੱਧਰ ਉੱਧਰ ਹੀ ਦੇਖ ਦਿਖਾਈ ਜੀ ਕਰਕੇ ਇਤਨੇ ਦਿਨ ਵਿਆਹ ਦੇ ਵੀ ਨਾਲ ਹੀ ਅਖੇ ਨਿਮੇੜ ਦਿੱਕੇ, ਉਹ ਵਿਚੋਲੇ ਨੂੰ ਵੀ ਐਂ 'ਚ ਵੀ ਫਿਰ ਮਗਰੋਂ ਭਾਨੀ ਭੁੰਨੀ ਵੱਜ ਗਈ, ਆਪਣੀ ਡਲੇ ਵਰਗੀ ਛਾਪ ਪਾ ਜਾਣਗੀਆਂ, ਇਹਨਾਂ ਦੇ ਮੁੰਡੇ ਕੁੜੀਆਂ ਰਹਿ ਜਾਣਗੇ, ਵੀ ਹੁਣ ਤਾਂ ਕੰਮ ਨਿਮੇੜੇ ਹੀ ਚੰਗਾ। ਕਹਿੰਦੇ ਭਾਈ ਇਹੋ ਜਿਹੇ ਕੰਮ ਦੀ ਘੋਲ ਨਹੀਂ ਕਰੀਦੀ ਹੁੰਦੀ, ਧੀਆਂ ਪੁੱਤਾਂ ਦੇ ਕਾਰਜ ਨੇ ਜਿਹੜੇ, ਧੀ ਵਾਲੇ ਨੂੰ ਕਹਿੰਦਾ ਤੈਂ ਤਾਂ ਫਰਜ਼ ਲਾਉਣਾ ਹੀ ਲਾਉਣਾ, ਆਪਦੇ ਸਿਰੋਂ ਫਰਜ਼ ਲਾ ਦੇ, ਛੱਡ ਖਹਿੜਾ। ਹੁਣ ਅਗਲਾ ਕਹਿੰਦਾ ਕੋਈ ਨਹੀਂ ਭਾਈ, ਉਹਨੇ ਭਾਈ ਹਾਂ ਕਰਕੇ ਦੇਖ ਦਿਖਾਈ ਕਰਕੇ ਗਾਹਾਂ ਵਿਆਹ ਦਾ ਦਿਨ ਦੇਤਾ, ਵਿਆਹ ਦਾ ਦਿਨ ਦੇਤਾ। ਅੱਗੇ ਤਾਂ ਰਿਸ਼ਤੇ ਹੁੰਦੇ ਹੁੰਦੇ ਘਰਾਂ 'ਚ ਆ ਕੇ ਸਾਗਣ ਪਾ ਕੇ ਜਾਂਦੇ, ਅਗਲਾ ਕਹਿੰਦਾ ਫਲਾਨੇ ਦੇ ਮੁੰਡੇ ਨੂੰ ਸਾਕ ਹੁੰਦਾ, ਉੱਥੇ ਆਸ ਗੁਆਂਢ ਵੀ ਪਿੰਡ ਦੇ ਬੰਦੇ ਵੀ ਰਿਸ਼ਤੇਦਾਰ ਵੀ ਆਉਂਦੇ, ਮਾੜੀ ਮੋਟੀ ਭਾਨੀ ਭੁੰਨੀ ਵੱਜ ਜਾਂਦੀ। ਹੁਣ ਕਿਹੜੀ ਭਾਨੀ ਵੱਜਦੀ ਆ, ਹੁਣ ਤਾਂ ਅਗਲਾ ਕਹਿੰਦਾ ਫਲਾਨੇ ਗੁਰਦੁਆਰੇ ਦੇਖ ਦਿਖਾਈ ਕਰ ਲਵਾਂਗੇ, ਦੇਖ ਦਿਖਾਈ ਕਰਕੇ ਉੱਥੇ ਵਾਲਾ ਆਪਦੇ ਪਿੰਡ ਨੂੰ ਮੁੜ ਜਾਂਦਾ, ਪੁੱਤ ਵਾਲਾ ਆਪਦੇ ਪਿੰਡ ਨੂੰ ਆ ਜਾਂਦਾ, ਘਰ ਦੇ ਜਾਂਦੇ ਨੇ, ਨਾ ਕਿਸੇ ਨੂੰ ਪਤਾ ਲੱਗੇ ਭਾਨੀ ਕਿਹੜਾ ਪੜੂਗਾ ਮਾਰੇ। ਉੱਥੇ ਹੀ ਮੌਜ ਨਾਲ ਦਿਨ ਦੇਤਾ, ਭਾਈ ਫਲਾਨਾ ਦਿਨ ਵੀ ਤਿਆਰੀ ਵੇਰੀ ਕਰ ਲਿਓ ਤੁਸੀਂ, ਪੈਲਸ ਕਰ ਲਈ, ਪੈਲਸ ਵਾਲੇ ਨਾਲ ਕਰ ਲਿਆ ਵੀ ਸਾਰਾ ਖਰਚਾ ਵਰਚਾ ਅਸੀਂ ਤਾਂ ਪੈਸੇ ਹੀ ਦੇਵਾਂਗੇ, ਤਾਂ ਹੀ ਲਿਆਉਣੀ ਆ, ਸਾਰਾ ਫਲ ਫਲੂਟ ਕੇ ਖਾਣਾ ਦਾਣਾ ਕੇ ਬੱਤਾ ਸੱਤਾ ਕੁਛ ਵੀ ਹੈ ਉਹ ਤੇਰਾ ਹੋਊ, ਅੱਜ ਤਾਂ ਇਕੱਲੀ ਦਾਰੂ ਲਿਆਵਾਂਗੇ। ਚੱਲ ਭਾਈ ਪੈਲਸ ਵਾਲੇ ਨੇ ਤਾਂ ਕਰਨਾ ਹੀ ਕਰਨਾ, ਕਹਿੰਦਾ ਕੋਈ ਗੱਲ ਨਹੀਂ, ਉਹਨੇ ਤਾਂ ਬੰਦਿਆਂ ਮੂਜਬ ਚਾਹੋ ਜਿਵੇਂ ਕਹਿੰਦੇ ਪਲੇਟਾਂ ਅੱਗੇ ਜਾਂ 370 ਦੀ ਲਾ ਲੈ, ਚਾਹੋ 470 ਦੀ ਲਾ ਲੈ, ਚਾਹੋ 500 ਦੀ ਲਾ ਲੈ, ਵੀ ਪਲੇਟ ਦਾ ਇੰਨਾ ਪੈਸਾ ਲੱਗੂ ਭਾਈ, ਜਿੰਨੇ ਮਰਜ਼ੀ ਬੰਦੇ ਲਿਆਓ। ਉਹਨਾਂ ਨੇ ਚੱਲ ਜਿਹਾ ਜਿਹਾ ਆਪਦਾ
ਹੈਗਾ ਤੇ ਮਿਲ ਮਿਲਿਆਪ ਉਹਨੇ ਉਹਨੇ ਬੰਦੇ ਧੀ ਵਾਲੇ ਨੇ ਕਹਿਤਾ ਵੀ ਭਾਈ ਮੇਰੀਆਂ ਕੁੜੀਆਂ ਦੇ ਆਨੰਦ ਕਾਰਜ ਨੇ ਵੀ ਉੱਥੇ ਦੇਖ ਲੈ ਤੁਸੀਂ ਪੈਲਸ ਦੇ ਵਿੱਚ ਆਇਓ। ਉਧਰੋਂ ਪੁੱਤ ਵਾਲੇ ਨੇ ਕਹਿਤਾ ਵੀ ਭਾਈ ਮੁੰਡਿਆਂ ਦਾ ਵਿਆਹ ਆ ਗਿਆ ਅਤੇ ਫਲਾਨੀ ਪੈਲਸ ਕਰੀ ਹੋਈ ਹੈ, ਬਰਾਤ ਫਲਾਨੇ ਦਿਨ ਦੀ ਹੈ, ਵੀ ਜ਼ਰੂਰ ਦਰਸ਼ਨ ਦੇਣੇ। ਚੰਗਾ ਭਾਈ, ਅਗਲਾ ਕਹਿੰਦਾ ਵੀ ਠੀਕ ਹੈ। ਉਹ ਜਦੋਂ ਵਿਆਹ ਵੀ ਸਾਰਾ ਕਾਰੋਬਾਰ ਪੈਲਸਾਂ ਦੇ ਵਿੱਚ ਹੋ ਕੇ ਆਪਣੋ ਆਪਣੇ ਘਰ ਵਗ ਗਏ ਅਤੇ ਰਿਸ਼ਤੇਦਾਰ ਆਪਣੋ ਆਪਣੇ ਘਰਾਂ 'ਚ ਵਗ ਗਏ, ਧੀਆਂ ਵਾਲੇ ਧੀ ਵਾਲੇ ਘਰ ਵਗ ਗਏ, ਪੁੱਤ ਵਾਲੇ ਆਪਦੇ ਘਰ ਵਗ ਗਏ। ਆਉਣੀ ਜਾਣੀ ਹੋ ਗਈ, ਵਧੀਆ ਆਉਣੀ ਜਾਣੀ ਹੋਈ। ਚਲੋ ਦੁੱਧ ਬਾਅਦ ਪਾਉਂਦੇ ਤੇ ਉਨਾ ਕੁ ਤਾਂ ਘਰ ਕਾਰੋਬਾਰ ਵਧੀਆ ਤੀ, ਚਲੋ ਠੀਕ ਸੀਗਾ। ਅਤੇ ਉਹ ਤਾਂ ਸਾਲ ਦੋ ਸਾਲ ਕੋਈ ਕਿਸੇ ਨੇ ਬਿੜਕੀ ਜੀ ਨਾ ਲਈ, ਜੋ ਉਹ ਆਇਆ ਕਰਨ ਧੀ ਵਾਲੇ ਤਾਂ ਉਹ ਕੀ ਕਰਿਆ ਕਰਨ। ਹੁਣ ਫਾਰਮਾਂ ਦੇ ਵਿੱਚ ਉੱਥੇ ਜਿਵੇਂ ਆਪਾਂ ਅਚਾਰ ਜਾ ਪਾ ਲੈਣਾ ਮੱਕੀ ਵਾਲਾ, ਉਹ ਹੋਰ ਬਥੇਰਾ ਹੁੰਦਾ ਲੁਕਾਉਣ ਜਿਹਨੂੰ ਕੂੜਾ ਕੰਮਣ ਜਾ, ਉੱਥੇ ਚਾਰ ਤੌੜੇ ਪਾ ਦਿਆ ਕਰਨ, ਦਾਰੂ ਕੱਢ ਲਿਆ ਕਰਨ। ਜਦੋਂ ਆਇਆ ਕਰਨ ਧੀ ਵਾਲੇ, ਆ ਜਾਓ ਜੀ ਚੱਲੀਏ ਫਾਰਮ 'ਚ। ਫਾਰਮ 'ਚ ਇੱਕ ਬਣਾਇਆ ਹੋਇਆ ਸੀਗਾ, ਇੱਕ ਇੱਕ ਕਮਰਾ ਬੈਠਣ ਨੂੰ, ਬੈਠਣ ਨੂੰ ਵਧੀਆ ਕਮਰਾ ਬਣਾਇਆ ਹੋਇਆ। ਦੋ ਕੁ ਮੰਜੇ ਧਰ ਲਏ, ਪੰਜ ਚਾਰ ਧਰ ਲਈਆਂ ਕੁਰਸੀਆਂ, ਇੱਕ ਮੇਜ਼ 'ਚ ਜਾ, ਉਹ ਤਾਂ ਮੇਜ਼ 'ਤੇ ਮੌਜ ਨਾਲ ਧਰਦਿਆ ਕਰਨ ਗੰਨੇ ਵਰਗੀ। ਉਹ ਜਦੋਂ ਅਗਲਾ ਲਾ ਲਿਆ ਕਰੇ ਭੋਰਾ, ਅਗਲਾ ਕਹਿੰਦਾ ਯਾਰ ਜੱਟਾਂ ਦਾ ਬੜਾ ਤਕੜਾ ਕੰਮ ਹੈ, ਦੇਖ ਲੈ ਨਜ਼ਾਰਾ ਹੀ ਹੈ, ਪੂਰੀ ਇੱਜ਼ਤ ਕਰਦੇ ਨੇ। ਅਤੇ ਜਾ ਉਹ ਮੁੰਡਿਆ ਫਲਾਨੇ ਹੋਟਲ ਤੋਂ ਲਿਆ ਜਾ ਕੇ ਪਤੌੜ ਜੇ, ਉਹ ਪਤੌੜ ਮੰਗਾ ਲਏ। ਜਰਕਦੇ ਨੇ ਕੀ ਲੱਗਦਾ ਕਿ 150 ਦੇ ਇਹੋ ਜਿਹੀ ਚੀਜ਼ ਖਾਣਾ ਦਾਣਾ ਜਾਂ ਮੰਗਾ ਲਿਆ, ਭੁਜੀਆ ਭਾਜੀਆ ਜਾਂ। ਉਹ ਜਿਹੜਾ ਵੀ ਰਿਸ਼ਤੇਦਾਰ ਜਾਵੇ ਧੀ ਵਾਲੇ ਦੇ ਨਾਲ, ਚਾਹੋ ਬੁੜੇ ਨਾਲ ਬੁੜਾ ਜਾਵੇ, ਚਾਹੋ ਮੁੰਡਿਆਂ ਨਾਲ ਮੁੰਡੇ ਜਾਣ, ਜਦੋਂ ਐਂ ਆਦਰ ਮਾਣ ਕਰਿਆ ਕਰਨ। ਅਗਲਾ ਕਹਿੰਦਾ ਯਾਰ ਬੜੇ ਬੰਦੇ ਵਧੀਆ ਨੇ, ਪੂਰੇ ਵਧੀਆ ਨੇ, ਪੂਰੀ ਇੱਜ਼ਤ ਕਰਦੇ ਨੇ, ਪਟੂ ਰਚਨਾ ਲਾ ਦਿੰਦੇ ਨੇਗੇ, ਗੰਨੇ ਵਰਗੀ ਧਰ ਦਿੰਦੇ ਨੇ, ਕਹਿੰਦਾ ਚਿਗਿਆੜੇ ਵਰਗੀ। ਉਹ ਤਾਂ ਭਾਈ ਦੋ ਚਾਰ ਸਾਲ ਪਤਾ ਹੀ ਨਾ ਲੱਗਿਆ ਦੇਖ ਲਾ ਵਾਹਣ ਦਾ ਤਾਂ। ਉਹ ਕਿਤੇ ਫਿਰ ਜਦੋਂ ਗੱਲਾਂ ਚੱਲਦੀਆਂ ਚੁਲਦੀਆਂ ਦੇ ਵਿੱਚ ਗੱਲ ਹੋਈ ਕਿ ਭਾਈ ਤੁਸੀਂ ਕਹਿੰਦੇ ਤੇ ਵੀ ਕਿੱਲੇ ਤਾਂ ਸਾਡੇ ਹੈਗੇ ਨੇ 25-30 ਫਾਰਮ, ਵੀ ਜਿਵੇਂ ਆਪਾਂ ਮੁਰੱਬਾ ਜਿਹਾ ਕਹਿੰਦੇ ਨੇ 25 ਕਿੱਲਿਆਂ ਦਾ ਵੀ ਫਾਰਮ ਹੈ। ਉਹ ਕਹਿੰਦੇ ਆਹ ਦੇਖ ਆਹ ਫਾਰਮ, ਕਹਿੰਦੇ ਕਿੱਲੇ, ਕਹਿੰਦੇ ਆਹ ਦੇਖ ਅੰਦਰ ਗੱਡੇ ਪਏ ਨੇ 10-15 ਦਾ, 10-15 ਕਹਿੰਦਾ ਤੇ ਵਿਹੜੇ 'ਚ 30 ਕਿੱਲੇ ਤਾਂ ਹੈਗੇ ਨੇ, ਹੋਰ ਕਿੱਲੇ ਹੁਣ ਕਿਵੇਂ। ਉਹ ਕਹਿੰਦੇ ਤੁਹਾਡਾ ਭਲਾ ਹੋਏ ਬੜੀ, ਕਹਿੰਦੇ ਸ਼ੈਤਾਨ ਰਹੀ ਇਹ ਤਾਂ ਬੁੜੀ, ਵੀ ਕੱਢ ਤਾਂ ਬੁੜੀ ਨੇ ਗੱਡਾ, ਵਿਚੋਲੇ ਨੂੰ ਤਾਂ ਦੇਖ ਲਿਆ ਛਾਂ ਪਾਉਣੀ ਪਾਉਣੀ ਸੀ, ਉਹ ਛਾਂਪਾਂ ਚੁੱਪ ਵੀ ਪੈ ਗਈਆਂ। ਉਹ ਜਿਹੜਾ ਉਹਨਾਂ ਤੋਂ ਲਿਆ ਸੀਗਾ ਘੱਟੋ ਘੱਟ 35-40 ਲੱਖ ਰੁਪਈਆ, ਅਗਲਾ ਕਹਿੰਦਾ 20-20 ਲੱਖ ਤਾਂ ਲਵਾਂਗੀ। ਉਹਦੇ ਨਾਲ ਰੰਗਲ ਮੰਗਲ ਹੋ ਗਏ, 10-15 ਲੱਖ ਕੁੜੀ ਦੇ ਵਿਆਹ 'ਤੇ ਲਾਤਾ, ਕੁੜੀ ਦਾ ਵਿਆਹ ਵੀ ਬਣਾ ਤਾ ਕਿਰਾ ਮਾਲੋ ਮਾਲ। ਹਾਂ ਵੀ ਚੰਗੇ ਗਾਹਾਂ ਰਿਸ਼ਤੇਦਾਰ ਭਾਲ ਲਏ, ਵੀ ਅਸੀਂ ਇੰਨੇ ਪੈਸੇ ਨਕਦ ਦੇਵਾਂਗੇ। ਅਗਲਾ ਕਹਿੰਦਾ ਜੋ ਇੰਨੇ ਪੈਸੇ ਦਿੰਦੇ ਨੇ ਬੰਦੇ ਤਾਕੜੇ ਹੋਣਗੇ, ਫਾਰਮਾਂ ਵਾਲੇ ਬੰਦੇ ਨੇ, ਫਿਰ ਵੀ ਢੂਲ ਆਉਂਦੇ ਰਿਹਾ ਕਰਨਗੇ। ਇਹੀ ਜੀ ਤਾਂ ਉਹ ਬੁੜੀ ਦੇਖੀ, ਕਹਿੰਦੀ ਪਿਛਲੀ ਉਮਰ ਹੈ ਜਿਹੜੀ ਉਹ, ਕਹਿੰਦੀ ਮੇਰੀ ਹੈ ਮੁਖਤਿਆਰੀ ਦੀ। ਹੁਣ ਗੱਲ ਵੀ ਇਹ ਸੱਚੀ ਹੈ, ਮੈਂ ਜੇ ਝੂਠ ਬੋਲਦਾ ਕੋਈ ਮਰਜ਼ੀ ਆ ਕੇ ਪੁੱਛ ਲਏ
ਪਿੰਡ ਤਾਂ ਮੇਰਾ ਬੁਗਰੀ ਹੈ, ਬਲਵੀਰ ਸਿੰਘ ਮੇਰਾ ਨਾਂ ਹੈ, ਕੋਈ ਮਰਜ਼ੀ ਆ ਕੇ ਪੁੱਛ ਲਏ ਵੀ ਮੈਂ ਬਲਵੀਰ ਕੋਲ ਜਾਣਾ, ਜੇ ਅਗਲਾ ਕਹੂ ਗੱਪ ਜਮ੍ਹਾਂ ਨਹੀਂ, ਪਿਛਲੀ ਉਮਰ ਬੁੜੀ ਪੁੱਗਣ ਦਿੰਦੀ ਬੰਦੇ ਦੀ, ਬੁੜੀ ਦੀ ਪੁੱਗੂ ਜਦੋਂ 50 ਸਾਲ ਤੋਂ ਗਾਹਾਂ ਲੰਘ ਨਾ ਉਮਰ, ਫਿਰ ਬੁੜੀ ਦੀ ਪੁੱਗੂਗੀ, ਬੰਦੇ ਦੀ ਨਹੀਂ ਪੁੱਗਦੀ, ਫਿਰ ਬੰਦਾ ਮਗਰ ਹੋਊ ਬੁੜੀ ਮੂਹਰੇ ਹੋਊ, ਪਹਿਲੀ ਉਮਰ ਦੇ ਵਿੱਚ ਬੰਦਾ ਮੂਹਰੇ ਬੁੜੀ ਮਗਰ ਹੈਂ।